ਹੋ ਮੈਂ ਸੂਰਤ ਵਿਸਾਰ, ਹੋ ਮੈਂ ਸੂਰਤ ਵਿਸਾਰ, ਪੋਲਿਆ ਹੋ ਮੈਂ ਸੂਰਤ ਵਿਸਾਰ, ਚਾਰ ਮਨ ਗੁਣ ਵਿੱਚ ਗੁਣ ਲੈ ਸਾਰ, ਗੁਣ ਵਿੱਚ ਗੁਣ ਲੈ ਸਾਰ, ਹੋ ਮੈਂ ਸੂਰਤ ਵਿਸਾਰ, ਹੋ ਮੈਂ ਸੂਰਤ ਵਿਸਾਰ, ਸੂਰਤ ਵਿਸਾਰ, ਹੋ ਮੈਂ ਸੂਰਤ ਵਿਸਾਰ, ਹੋ ਮੈਂ ਸੂਰਤ ਵਿਸਾਰ, ਬਸੰਤ ਪਰ ਪੜ ਚੇਤ ਸਮਾਲ ਸੋਏ, ਪਰ ਪੜ ਚੇਤ ਸਮਾਲ ਸੋਏ, ਸਦਾ 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 ਗੋਬਿੰਦ, ਹੋ ਮੈਂ ਸੂਰਤ ਵਿਸਾਰ।
करम पेड़ साखा हरी करम पेड़ करम पेड़ साखा हरी तरम फूल फल ज्ञान तरम फूल फल ज्ञान पत परापत छाव गणी पत परापत छाव गणी चुका मन अब अखी कुदरत कन्नी बाणी अखी कुदरत अखी कुदरत कन्नी बाणी मुख आखण सच नाम मुख आखण सच नाम पत का धन पूरा हवा पत का धन का धन पूरा हुआ लगा सहज ध्यान लगा सहज ध्यान हो में सूरत सूरत विसा।
ਮਹਾ ਰੁੱਤੀ ਆਵਣਾ ਮਹਾ ਰੁੱਤੀ ਆਵਣਾ ਵੇਖੋ ਕਰਮ ਨਾਨਕ ਹਰੇ ਨਾ ਸੁਕਈ ਨਾਨਕ ਹਰੇ ਨਾਨਕ ਹਰੇ ਨਾ ਸੁਕਈ ਜੇ ਗੁਰਮੁਖ ਰਹੇ ਸਮਾ ਸੁਰਤ ਵਿਸਾਰ ਹੋ ਮੈਂ ਮਾਰ ਵਿਚਾਰ ਮਨ ਹੋ ਮੈਂ ਮਾਰ ਹੋ ਮੈਂ ਨਾਵੇਂ ਨਾਲ ਵਿਰੋਧ ਹੈ ਹੋ ਮੈਂ ਨਾਵੇਂ ਨਾਲ ਵਿਰੋਧ ਹੈ ਦੋਇ ਨਾ ਬਸੇ ਇੱਕ ਠਾਏ ਹੋ ਮੈਂ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋ ਮੈਂ ਬਹੁਤ ਅਹੰਕਾਰ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋ ਮੈਂ ਬਹੁਤ ਅਹੰਕਾਰ ਸ਼ਬਦ ਸਾਧਨ ਆਇਆ ਨਾਮ ਨ ਲਗੇ ਪਿਆਰ ਸੇਵਾ ਥਾਏ ਨ ਪਵਈ ਤਿਸ ਕੀ ਖਪ ਖਪ ਹੋਏ ਖੁਆਰ ਹੋ ਮੈਂ ਮਾਰ ਵਿਚਾਰ ਮਨ ਹੋ ਮੈਂ ਮਾਰ ਹੋ ਮੈਂ ਮਾਰ ਵਿਚਾਰ ਮਨ ਹੋ ਮੈਂ ਮਾਰ ਦੇਖ ਫੁੱਲ ਫੁੱਲ ਫੁੱਲੇ
ਦੇਖ ਫੂਲ ਫੂਲ ਫੂਲੇ ਅਹੰਗ ਤਿਆਗ ਤਿਆਗੇ। ਗੁਰੂ ਪਾਤਸ਼ਾਹ ਕਹਿੰਦੇ ਹਨ ਵੇਖ ਜਦੋਂ ਫੁੱਲ ਉੱਤੇ ਬਹਾਰ ਆਈ ਉਹ ਖਿੜਿਆ, ਉਹਨੇ ਆਪਣੀ ਖੁਸ਼ਬੂ ਖਿਲਾਰਨੀ ਸ਼ੁਰੂ ਕੀਤੀ। ਜਦੋਂ ਜੋਬਨ ਆਇਆ ਇਸ ਫੁੱਲ ਤੇ ਆਪਣੀ ਖੁਸ਼ਬੂ ਖਿਲਾਰਦਾ ਹੈ ਤੇ ਵੇਖਿਆ ਜਾਂਦਾ ਹੈ ਕਿ ਜਦੋਂ ਫੁੱਲ ਖਿੜਦਾ ਹੈ ਤੇ ਹਮੇਸ਼ਾ ਉਹ ਨੀਵੇਂ ਪਾਸੇ ਨੂੰ ਝੁਕਿਆ ਹੁੰਦਾ ਹੈ। ਪੇੜ ਤੇ ਫਲ ਲੱਗਦਾ ਹੈ ਤੇ ਟਹਿਣੀਆਂ ਹਮੇਸ਼ਾ ਝੁਕ ਜਾਂਦੀਆਂ ਹਨ, ਪਰ ਇੱਕ ਮਨੁੱਖ ਐਸਾ ਹੈ ਕਿ ਜਦੋਂ ਇਸਨੂੰ ਕੋਈ ਫਲ ਪ੍ਰਾਪਤ ਹੋਵੇ, ਅਕਾਲ ਪੁਰਖ ਵਾਹਿਗੁਰੂ ਦੀ ਦਾਤ ਪ੍ਰਾਪਤ ਹੋਵੇ, ਬਜਾਏ ਝੁਕਣ ਦੇ ਬਜਾਏ ਨਿਮਰਤਾ ਦੇ ਹੋਰ ਜ਼ਿਆਦਾ ਹੋਮੇ ਆ ਜਾਂਦੀ ਹੈ, ਅਹੰਕਾਰ ਆ ਜਾਂਦਾ, ਆਕੜ ਆ ਜਾਂਦੀ ਹੈ। ਕਹਿੰਦੇ ਨੇ ਗੁਰੂ ਪਾਤਸ਼ਾਹ ਦੇਖ ਫੂਲ ਫੂਲ ਫੂਲੇ ਅਹੰਗ ਤਿਆਗ ਤਿਆਗੇ ਚਰਨ ਕਮਲ ਪਾਗੇ ਤੁਮ ਮਿਲੋ ਪ੍ਰਭ ਸਭਾਗੇ ਹੋ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਗੁਣ ਵਿੱਚ ਗੁਣ ਲੈ ਸਾਰ ਹੋ ਮੈਂ ਸੂਰਤ ਵਿਸਾਰ ਹੋ ਮੈਂ ਸੂਰਤ